ਰਾਜੋਆਣਾ ਜਿਹੜਾ ਹੈ ਉਹ 71 ਦੀ ਜੰਗ ਲੜ ਕੇ ਆਇਆ। ਤੁਸੀਂ ਸਵਾਲ ਪੁੱਛਦੇ ਉਹਨੂੰ ਛੱਡਣ ਦੇ 71 ਦੀ ਜੰਗ ਲੜ ਕੇ ਆਇਆ। ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਬੇਅੰਤ ਸਿੰਘ ਜੀ ਦਾ ਉਹਨਾਂ ਨੇ ਕਤਲ ਕੀਤਾ। ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਚੀਫ ਮਿਨਿਸਟਰ ਹੋਵੇ, ਕੋਈ ਮਿਨਿਸਟਰ ਹੋਵੇ, ਤੁਸੀਂ ਕਹੋਗੇ ਅਸੀਂ ਭਾਵੁਕ ਹੋ ਕੇ ਮਾਰਤਾ। ਉਹਨਾਂ ਨੇ ਅਮਨ ਸ਼ਾਂਤੀ ਦਿੱਤਾ। ਅੱਜ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਹੈ, ਅੱਜ ਲੋਕ ਰਾਤ ਨੂੰ ਸੌਂਦੇ ਨੇ, ਉਦੋਂ ਸੌਂਦੇ ਸੀ, ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ, ਕਿਹੜਾ ਕਿਸੇ ਨੂੰ ਮਾਰ ਕੇ ਚੱਲੇ। ਅਮਨ ਸ਼ਾਂਤੀ ਦਿੱਤਾ ਹੈ। ਰਾਜੋਆਣਾ ਨੇ ਕੋਈ 71 ਦੀ ਜੰਗ ਲੜੀ ਹੈ? ਜੇ ਰਵਨੀਤ ਬਿੱਟੂ ਜੀ ਨੇ ਪੂਰਾ ਜਵਾਬ ਦਿੱਤਾ ਤਾਂ ਉਹਨਾਂ ਨੇ ਕੀ ਗਲਤ ਕੀਤਾ? ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ, ਉਹਨਾਂ ਦਾ ਸਟੈਂਡ ਬਿਲਕੁਲ ਠੀਕ ਆ। ਅਸੀਂ ਰਵਨੀਤ ਬਿੱਟੂ ਜੀ ਦੇ ਨਾਲ ਆ। ਸਰਦਾਰ ਬੇਅੰਤ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ। ਬਿਲਕੁਲ ਇਨਕਾਊਂਟਰ ਹੋਣੇ ਚਾਹੀਦੇ ਨੇ, ਇਹ ਹੋਣੇ ਚਾਹੀਦੇ ਨੇ। ਜਿਹੜੇ ਵੀ ਲੋਕ ਗੈਂਗਸਟਰ ਹੋਣ, ਜਿਹੜੇ ਪੰਜਾਬ ਦੇ ਵਿੱਚ ਨਾਰਕੋ ਟੈਰਰਿਜ਼ਮ ਫੈਲਾਉਣ, ਮਾਵਾਂ ਦੇ ਪੁੱਤ ਨਾਰਕੋ ਟੈਰਰਿਜ਼ਮ ਫੈਲਾ ਕੇ ਉਹਨਾਂ ਨੂੰ ਬਰਬਾਦ ਕਰਨ, ਘਰਾਂ ਦੇ ਘਰ ਬਰਬਾਦ ਕਰਨ, ਉਹਨਾਂ ਦੇ ਕਰਕੇ ਸਾਡੇ ਮਾਵਾਂ ਮਾਂ ਬਾਪ ਨੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ, ਅਤੇ ਇਹੋ ਜਿਹਾ ਤਾਂ ਕੰਮ ਹੋਣਾ ਚਾਹੀਦਾ? ਜਿਹੜੇ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਨ, ਉਹਨਾਂ ਨੂੰ ਮਾਰਨ ਤੱਕ ਉਹਨਾਂ ਨੂੰ ਮਜਬੂਤ ਕਰਨ, ਅਤੇ ਜਿਹੜੇ ਵੀ ਲੋਕ ਇਹੋ ਜਿਹੇ ਕੰਮ ਕਰਦੇ ਨੇ, ਜੇ ਉਹ ਨਹੀਂ ਹਟਦੇ, ਜੇ ਉਹ ਕਾਬੂ ਆਉਂਦੇ ਨੇ, ਅਤੇ ਉਹਨਾਂ ਦਾ ਬਿਲਕੁਲ ਇਨਕਾਊਂਟਰ ਹੋਣਾ ਚਾਹੀਦਾ। ਸਟੈਂਡ ਸਰਕਾਰ ਦਾ ਬਿਲਕੁਲ ਠੀਕ ਹੈ। ਔਰ ਜਿਹੜਾ ਇਹਦੇ 'ਤੇ ਰਾਜਨੀਤੀ ਕਰਦਾ, ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਣ, ਪੰਜਾਬ ਦੇ ਸਾਡੀ ਨੌਜਵਾਨੀ ਬਰਬਾਦ ਹੋਵੇ। ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਇਹੋ ਜਿਹਾ ਸ਼ਖਸ ਆ ਪਾਕਿਸਤਾਨ ਦੇ ਇਸ਼ਾਰੇ 'ਤੇ ਚੱਲਣੇ ਵਾਲਾ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਹੋ। ਲਗਾਤਾਰ ਸਰਕਾਰ ਹੁਣ ਸਹਿਰਦਾ ਤਾਂ ਕਿਤੇ ਨਾ ਕਿਤੇ ਜਿਹੜੇ ਛੋਟੇ ਛੋਟੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੋਂ ਜਿਹੜੀ ਫੜਨ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਨੇ। ਕਿਤਨਾ ਜਿਹੜੇ ਨਸ਼ਾ ਤਸਕਰਾਂ ਨੂੰ ਫੜਨ ਦੀ ਸ਼ੁਰੂਆਤ, ਉਹ ਤਾਂ ਪਹਿਲਾਂ ਵੀ ਸੀ, ਹੁਣ ਵੀ ਹੈ। ਇਹਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ। ਇੱਕ ਪੋਲੀਟੀਕਲ ਪਾਰਟੀ ਦਾ ਕੰਮ ਨਹੀਂ, ਇਹ ਇਕੱਲਾ ਸਰਕਾਰ ਦਾ ਕੰਮ ਨਹੀਂ, ਇਹ ਇਕੱਲਾ ਪੁਲਿਸ ਦਾ ਕੰਮ ਨਹੀਂ। ਹਰ ਚੀਜ਼ ਅਸੀਂ ਪੁਲਿਸ 'ਤੇ ਛੁੱਟ ਦਿੰਦੇ ਹਾਂ, ਹਰ ਚੀਜ਼ ਅਸੀਂ ਸਰਕਾਰਾਂ 'ਤੇ ਛੁੱਟ ਦਿੰਦੇ ਹਾਂ। ਅਸੀਂ ਵੋਟਾਂ ਲੈਂਦੇ ਹਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ, ਅਸੀਂ MLA ਬਣਨੇ ਹਾਂ, ਅਸੀਂ ਮਿਨਿਸਟਰ ਬਣਨੇ ਹਾਂ, ਅਸੀਂ ਕੌਂਸਲਰ ਬਣਨੇ ਹਾਂ, ਅਸੀਂ MP ਬਣਨੇ ਹਾਂ। ਸਾਡੀ ਜ਼ਿੰਮੇਵਾਰੀ ਕੀ ਹੈ? ਸਾਡੇ ਕੋਲ ਲੱਖਾਂ ਕਰੋੜਾਂ ਵਰਕਰ ਨੇ, ਅਸੀਂ ਵਰਕਰਾਂ ਨੂੰ ਉਸ ਪਾਸੇ ਕਿਉਂ ਨਹੀਂ ਲਾਉਂਦੇ ਨਸ਼ੇ ਨੂੰ ਖਤਮ ਕਰਨ ਲਈ? ਅਸੀਂ ਇਹ ਜਿਹੜੀ ਬੁਰਾਈਆਂ ਨੇ ਉਹ ਖਤਮ ਕਰਨ ਲਈ, ਅਸੀਂ ਕਾਰਜਕਰਤਾ ਜਿਹੜੇ ਨੇ, ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ, ਵਾਰਡਾਂ ਦੇ ਪ੍ਰਧਾਨ ਨੇ, ਜ਼ਿਲ੍ਹਿਆਂ ਦੇ ਪ੍ਰਧਾਨ ਨੇ, ਹਜ਼ਾਰਾਂ ਸਾਡੇ ਪੋਲੀਟੀਕਲ ਪਾਰਟੀਆਂ ਦੇ ਵਰਕਰ ਨੇ, ਉਹਨਾਂ ਨੂੰ ਅਸੀਂ ਨਾਰਕੋ ਟੈਰਰਿਜ਼ਮ ਨਸ਼ੇ ਦੇ ਖਿਲਾਫ਼ ਕੰਮ ਲਈ ਸਾਨੂੰ ਲਾਉਣਾ ਚਾਹੀਦਾ, ਤਾਂ ਕਿ ਸਾਡੀ ਪੰਜਾਬ ਦੀ ਧਰਤੀ ਖੁਸ਼ਹਾਲ ਹੋਵੇ, ਸਾਡੇ ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ 'ਚ ਨਾ ਜਾਣ। ਰਾਜੋਆਣਾ ਜਿਹੜਾ ਹੈ ਉਹ 71 ਦੀ ਜੰਗ ਲੜ ਕੇ ਆਇਆ। ਤੁਸੀਂ ਸਵਾਲ ਪੁੱਛਦੇ ਉਹਨੂੰ ਛੱਡਣ ਦੇ 71 ਦੀ ਜੰਗ ਲੜ ਕੇ ਆਇਆ। ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਬੇਅੰਤ ਸਿੰਘ ਜੀ ਦਾ ਉਹਨਾਂ ਨੇ ਕਤਲ ਕੀਤਾ। ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਚੀਫ ਮਿਨਿਸਟਰ ਹੋਵੇ, ਕੋਈ ਮਿਨਿਸਟਰ ਹੋਵੇ, ਤੁਸੀਂ ਕਹੋਗੇ ਅਸੀਂ ਭਾਵੁਕ ਹੋ ਕੇ ਮਾਰਤਾ। ਉਹਨਾਂ ਨੇ ਅਮਨ ਸ਼ਾਂਤੀ ਦਿੱਤਾ। ਅੱਜ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਹੈ, ਅੱਜ ਲੋਕ ਰਾਤ ਨੂੰ ਸੌਂਦੇ ਨੇ, ਉਦੋਂ ਸੌਂਦੇ ਸੀ, ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ, ਕਿਹੜਾ ਕਿਸੇ ਨੂੰ ਮਾਰ ਕੇ ਚੱਲੇ। ਅਮਨ ਸ਼ਾਂਤੀ ਦਿੱਤਾ ਹੈ। ਰਾਜੋਆਣਾ ਨੇ ਕੋਈ 71 ਦੀ ਜੰਗ ਲੜੀ ਹੈ? ਜੇ ਰਵਨੀਤ ਬਿੱਟੂ ਜੀ ਨੇ ਪੂਰਾ ਜਵਾਬ ਦਿੱਤਾ ਤਾਂ ਉਹਨਾਂ ਨੇ ਕੀ ਗਲਤ ਕੀਤਾ? ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ, ਉਹਨਾਂ ਦਾ ਸਟੈਂਡ ਬਿਲਕੁਲ ਠੀਕ ਆ। ਅਸੀਂ ਰਵਨੀਤ ਬਿੱਟੂ ਜੀ ਦੇ ਨਾਲ ਆ। ਸਰਦਾਰ ਬੇਅੰਤ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ। ਸਰ, ਇਸ ਤੋਂ ਇਲਾਵਾ ਲਗਾਤਾਰ ਇਨਕਾਊਂਟਰ ਹੋ ਰਹੇ ਨੇ, ਕਿਵੇਂ ਦੇਖਦੇ ਹੋ? ਬਿਲਕੁਲ ਇਨਕਾਊਂਟਰ ਹੋਣੇ ਚਾਹੀਦੇ ਨੇ, ਇਹ ਹੋਣੇ ਚਾਹੀਦੇ ਨੇ। ਜਿਹੜੇ ਵੀ ਲੋਕ ਗੈਂਗਸਟਰ ਹੋਣ, ਜਿਹੜੇ ਪੰਜਾਬ ਦੇ ਵਿੱਚ ਨਾਰਕੋ ਟੈਰਰਿਜ਼ਮ ਫੈਲਾਉਣ, ਮਾਵਾਂ ਦੇ ਪੁੱਤ ਨਾਰਕੋ ਟੈਰਰਿਜ਼ਮ ਫੈਲਾ ਕੇ ਉਹਨਾਂ ਨੂੰ ਬਰਬਾਦ ਕਰਨ, ਘਰਾਂ ਦੇ ਘਰ ਬਰਬਾਦ ਕਰਨ, ਉਹਨਾਂ ਦੇ ਕਰਕੇ ਸਾਡੇ ਮਾਂ ਬਾਪ ਨੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ,
ਅਤੇ ਇਹੋ ਜਿਹਾ ਤਾਂ ਕੰਮ ਹੋਣਾ ਚਾਹੀਦਾ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਨ, ਉਹਨਾਂ ਨੂੰ ਮਾਰਨ ਤੱਕ ਉਹਨਾਂ ਨੂੰ ਮਜ਼ਬੂਤ ਕਰਨ, ਅਤੇ ਜਿਹੜੇ ਵੀ ਲੋਕ ਇਹੋ ਜਿਹੇ ਕੰਮ ਕਰਦੇ ਨੇ, ਜੇ ਉਹ ਨਹੀਂ ਖੜਦੇ, ਜੇ ਉਹ ਕਾਬੂ ਆਉਂਦੇ ਨੇ, ਤਾਂ ਉਹਨਾਂ ਦਾ ਬਿਲਕੁਲ ਇਨਕਾਊਂਟਰ ਹੋਣਾ ਚਾਹੀਦਾ। ਸਟੈਂਡ ਸਰਕਾਰ ਦਾ ਬਿਲਕੁਲ ਠੀਕ ਹੈ, ਔਰ ਜਿਹੜਾ ਇਹਦੇ 'ਤੇ ਰਾਜਨੀਤੀ ਕਰਦਾ, ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਣ, ਪੰਜਾਬ ਦੇ ਸਾਡੀ ਨੌਜਵਾਨੀ ਬਰਬਾਦ ਹੋਵੇ। ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਇਹੋ ਜਿਹਾ ਸ਼ਖਸ ਆ ਪਾਕਿਸਤਾਨ ਦੇ ਇਸ਼ਾਰੇ ਦੇ ਚਰਨੇ ਵਾਲਾ, ਉਹਦੇ ਖਿਲਾਫ ਸਖ਼ਤ ਕਾਰਵਾਈ ਹੋ। ਲਗਾਤਾਰ ਸਰਕਾਰ ਹੁਣ ਸਹਿਰਦਾ ਤਾਂ ਕਿਤੇ ਨਾ ਕਿਤੇ ਜਿਹੜੇ ਛੋਟੇ ਛੋਟੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੋਂ ਜਿਹੜੀ ਫੜਨ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਨੇ। ਕਿਤਨਾ ਜਿਹੜੇ ਨਸ਼ਾ ਤਸਕਰਾਂ ਨੂੰ ਫੜਨ ਦੀ ਸ਼ੁਰੂਆਤ, ਉਹ ਤਾਂ ਪਹਿਲਾਂ ਵੀ ਸੀ, ਹੁਣ ਵੀ ਹੈ। ਇਹਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ। ਇੱਕ ਪੋਲੀਟੀਕਲ ਪਾਰਟੀ ਦਾ ਕੰਮ ਨਹੀਂ, ਇਹ ਇਕੱਲਾ ਸਰਕਾਰ ਦਾ ਕੰਮ ਨਹੀਂ, ਇਹ ਇਕੱਲਾ ਪੁਲਿਸ ਦਾ ਕੰਮ ਨਹੀਂ। ਹਰ ਚੀਜ਼ ਅਸੀਂ ਪੁਲਿਸ 'ਤੇ ਛੁੱਟ ਦਿੰਦੇ ਹਾਂ, ਹਰ ਚੀਜ਼ ਅਸੀਂ ਸਰਕਾਰਾਂ 'ਤੇ ਛੁੱਟ ਦਿੰਦੇ ਹਾਂ। ਅਸੀਂ ਵੋਟਾਂ ਲੈਂਦੇ ਹਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ, ਅਸੀਂ MLA ਬਣਨੇ ਹਾਂ, ਅਸੀਂ ਮਿਨਿਸਟਰ ਬਣਨੇ ਹਾਂ, ਅਸੀਂ ਕੌਂਸਲਰ ਬਣਨੇ ਹਾਂ, ਅਸੀਂ MP ਬਣਨੇ ਹਾਂ। ਸਾਡੀ ਜ਼ਿੰਮੇਵਾਰੀ ਕੀ ਹੈ? ਸਾਡੇ ਕੋਲ ਲੱਖਾਂ ਕਰੋੜਾਂ ਵਰਕਰ ਨੇ, ਅਸੀਂ ਵਰਕਰਾਂ ਨੂੰ ਉਸ ਪਾਸੇ ਕਿਉਂ ਨਹੀਂ ਲਾਉਂਦੇ ਨਸ਼ੇ ਨੂੰ ਖਤਮ ਕਰਨ ਲਈ? ਅਸੀਂ ਇਹ ਜਿਹੜੀ ਬੁਰਾਈਆਂ ਨੇ ਉਹ ਖਤਮ ਕਰਨ ਲਈ, ਅਸੀਂ ਕਾਰਜਕਰਤਾ ਜਿਹੜੇ ਨੇ, ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ, ਵਾਰਡਾਂ ਦੇ ਪ੍ਰਧਾਨ ਨੇ, ਜ਼ਿਲ੍ਹਿਆਂ ਦੇ ਪ੍ਰਧਾਨ ਨੇ, ਹਜ਼ਾਰਾਂ ਸਾਡੇ ਪੋਲੀਟੀਕਲ ਪਾਰਟੀਆਂ ਦੇ ਵਰਕਰ ਨੇ, ਉਹਨਾਂ ਨੂੰ ਅਸੀਂ ਨਾਰਕੋ ਟੈਰਰਿਜ਼ਮ ਨਸ਼ੇ ਦੇ ਖਿਲਾਫ ਕੰਮ ਲਈ ਸਾਨੂੰ ਲਾਉਣਾ ਚਾਹੀਦਾ, ਤਾਂ ਕਿ ਸਾਡੀ ਪੰਜਾਬ ਦੀ ਧਰਤੀ ਖੁਸ਼ਹਾਲ ਹੋਵੇ, ਸਾਡੇ ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ 'ਚ ਨਾ ਜਾਣ।